ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ نیوز ਚੈਨਲ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਿੰਨ ਖਬਰਾਂ ਗੱਲਬਾਤ ਕਰਾਂਗੇ ਭਾਰਤ ਤੇ ਪੰਜਾਬ ਸੂਬੇ ਦੀਆਂ ਅੱਜ ਦੀਆਂ ਮੁੱਖ ਖਬਰਾਂ ਦੀ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰ ਲੈਣੇ ਆ ਚੌਥਵੀਂ ਆ ਖਬਰਾਂ ਤੇ ਪਹਿਲੀ ਚੌਥਵੀਂ ਖਬਰ ਹੈ ਕੈਬਨਿਟ ਮੀਟਿੰਗ ਮਗਰੋਂ ਸੀਐਮ ਚੰਨੀ ਦਾ ਵੱਡਾ ਐਲਾਨ ਕਿਹਾ ਗਰੀਬਾਂ ਲਈ ਬਣਾਵਾਂਗੇ 25000 ਘਰ सीएम ਚੰਨੀ ਨੇ ਨਰਮਰ ਕਿਸਾਨਾਂ ਲਈ ਮੁਆਵਜ਼ਾ 5000 ਰੁਪਏ ਵਧਾਉਣ ਸਨਿ ਕੀਤੇ ਪੰਜ ਵੱਡੇ ਐਲਾਨ ਪੰਜਾਬ ਪੁਲਸ ਵਿੱਚ ਜਿਪਾਹੀ ਦੀ ਭਰਤੀ ਲਈ ਟ్రायल ਦੇਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਰਾਕੇਸ਼ ਕੱਤ ਨੇ ਛੇੜਿਆ ਐਸਵਾਈਐਲ ਦਾ ਰਾਗ ਜਾਨੋ ਹਰਿਆਣਾ ਦੇ ਕਿਸਾਨਾਂ ਨੂੰ ਕੀ ਕਿਹਾ ਸਿੱਧੂ ਮੂਸੇਵਾਲਾ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਬੱਬੂ ਮਾਨ ਦਾ ਵੱਡਾ ਤਮਾਕਾ ਜੂਂਜਦਾ ਪੰਜਾਬ ਪਾਰਟੀ ਦਾ ਕੀਤਾ ਐਲਾਨ ਪੰਜਾਬ ਦੇ 8393 ਪ੍ਰੀ ਪ੍ਰੈਮ ਸਕੂਲ ਟੀਚਰਾਂ ਦੀ ਭਰਤੀ ਰੱਦ ਹਾਈ ਕੋਰਟ ਨੇ ਦਿੱਤਾ ਇਹ ਹੁਕਮ ਪੰਜਾਬ ਦੇ ਟੋਲ ਪਲਾਜੇ ਤੇ ਧੰਨੇ ਜਾਰੀ ਰਹਿਣਗੇ ਉਗਰਾਹਾ ਜੀ ਕਾਂਤ ਸਿੰਘ ਪੰਜ ਪੰਜਾਬੀ ਸਿੰਗਰ ਕੈਪਟਨ ਦੀ ਪਾਰਟੀ ਵਿੱਚ ਹੋਏ ਸ਼ਾਮਲ ਪੰਜਾਬ ਸਰਕਾਰ ਨੇ ਸਿਹਤ ਸਟਾਫ ਦੇ 775 ਅਸਾਮੀਆਂ ਸਿਰਜਣ ਨੂੰ ਦਿੱਤੀ ਪ੍ਰਵਾਨਗੀ सीएम चनिदा ऐलान ठेके पे काम करदे सारे सफाई मुलाजिमा पक्के करण दी हरी चंडी तो दोस्तों आज भी अपनी समविधियां चुनविया खबरा हुन गल बात करंगे जेना खबरा दी विस्तार नाल खबरा शुरू करदे पहले ਤੁਹਾਡੇ ਦੇ ਇੱਕ ਨਿੱਕੀ ਜੀ ਰਿਕਵੈਸਟ ਕਿ ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਤੇ ਆਪਣੀਆਂ ਖਬਰਾਂ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ ਗੱਲ ਕਰਦੇ ਆਂ ਜੀ ਪਹਿਲੀ ਖਬਰ ਦੀ ਕਿ ਕੈਬਨਟ ਮੀਟਿੰਗ ਮਗਰੋਂ ਸੀਐਮ ਚੰਨੀ ਦਾ ਵੱਡਾ ਐਲਾਨ ਕਿਹਾ ਗਰੀਬਾਂ ਲਈ ਬਣਾਵਾਂਗੇ 25000 ਕਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਅਹਿਮ ਮੀਟਿੰਗ ਕੀਤੀ ਗਈ ਜਿਸ ਦੌਰਾਨ ਅਹਿਮ ਫੈਸਲੇ ਕੀਤੇ ਗਏ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗਰੀਬਾਂ ਲਈ ਅਹਿਮ ਫੈਸਲਾ ਲਿਆ ਗਿਆ ਹੈ ਸੂਬੇ ਪਰ ਵਿੱਚ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਨ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਅੱਜ ਵੱਖ-ਵੱਖ ਸ਼ਹਿਰੀ ਵਿਕਾਸ ਅਥਾਰਟੀਆਂ ਵੱਲੋਂ ਬਨਾਏ ਜਾਣ ਵਾਲੇ 25000 ਘਰਾਂ ਦੇ ਅਲਾਟਮੈਂਟ ਲਈ ਅਰਜ਼ੀਆਂ ਮੰਗਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪ੍ਰਵਾਨਿਤ ਨੀਤੀ ਦੇ ਅਨੁਸਾਰ ਯੋਗ ਬਿਨੇਕਰਾਂ ਤੋਂ ਲੋੜੀ ਦੇ ਦਸਤਾਵੇਜ਼ਾਂ ਸਮੇਤ ਇਹਨਾਂ ਘਰਾਂ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ ਰਹਾਇਸ਼ੀ ਇਕਾਈਆਂ ਦਰਾ ਰਹਾਇਸ਼ੀ ਇਕਾਈਆਂ ਦਾ ਖੇਤਰ ਲਗਭਗ 30 ਵਰਗ ਮੀਟਰ ਹੋਵੇਗਾ ਇਹ ਗਰੀਬ ਪੱਖੀ ਸਕੀਮ ਰਾਜ ਦੇ ਲਗਭਗ 25000 ਪਰਿਵਾਰਾਂ ਜਿਨ੍ਹਾਂ ਕੋਲ ਕੋਈ ਰਹਾਇਸ਼ੀ ਥਾਂ ਨਹੀਂ ਹੈ ਨੂੰ ਲਾਭ ਪਹੁੰਚਾਉਣ ਚ ਮਦਦਗਾਰ ਹੋਵੇਗੀ ਉਹਨਾਂ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਸੁਰੱਖਿਅਤ ਜੀਵਨ ਸ਼ੈਲੀ ਲਈ ਇਹਨਾਂ ਮਕਾਨਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ। ਸੀਐਮ ਚੰਨੀ ਦੇ ਨਰਮਾ ਕਿਸਾਨਾਂ ਲਈ ਮੁਆਵਜ਼ਾ 5000 ਰੁਪਏ ਵਧਾਉਣ ਸਨੇ ਕੀਤੇ 5 ਵੱਡੇ ਐਲਾਨ। ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿੱਚ ਸੋਮਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਕਈ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ 5 ਵੱਡੇ ਫੈਸਲੇ ਲਏ ਗਏ। ਪਹਿਲੇ ਫੈਸਲੇ ਤਹਿਤ ਨਰਮਾ ਕਿਸਾਨਾਂ ਨੂੰ ਮੁਆਵਜ਼ਾ 5000 ਰੁਪਏ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਨਰਮਕਿਸਾਨ ਨੂੰ ਹੁਣ 75% ਤੋਂ ਵੱਧ ਫਸਲ ਖਰਾਬ ਹੋਣ ਤੇ ਵੱਧ ਤੋਂ ਵੱਧ 17000 ਰੁਪਏ ਪ੍ਰਤੀ ਏਕੜ ਮੁਆਵਜ਼ਾ ਪੰਜਾਬ ਸਰਕਾਰ ਦੇਵੇਗੀ ਜੋ ਪਹਿਲਾਂ 12000 ਰੁਪਏ ਪ੍ਰਤੀ ਏਕੜ ਕੀਤਾ ਗਿਆ ਸੀ ਦੂਜਾ ਜਨਰਲ ਕੈਟਾਗਰੀ ਦੇ ਕਮਜ਼ੋਰ ਲੋਕਾਂ ਨੂੰ 25000 ਘਰ ਬਣਾ ਕੇ ਦੇਵੇਗੀ ਸਰਕਾਰ ਜਿਸਲੇ ਸਿਰਫ 4000 ਰੁਪਏ ਮਹੀਨਾ ਕਿਸ਼ਤ ਹੋਵੇਗੀ ਤੀਜਾ ਮਹੀਨੇ ਬਸਾਲੇ ਸਾਲਾਨਾ ਟੈਕਸ 10000 ਰੁਪਏ ਘਟਾ ਦਿੱਤਾ ਗਿਆ ਯਾਨੀ ਹੁਣ 30000 ਦੀ ਜਗ੍ਹਾ 20000 ਰੁਪਏ ਹੀ ਟੈਕਸ ਅਦਾ ਕਰਨਾ ਪਵੇਗਾ ਚੌਥਾ ਫੈਸਲਾ ਆਟੋ ਵਾਲਿਆਂ ਦਾ 2020 ਦਾ ਪਿਛਲਾ ਬਕਾਇਆ ਮਾਫ ਕਰ ਦਿੱਤਾ ਗਿਆ ਸਿਰਫ 1 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਪੰਜਵਾਂ ਫੈਸਲਾ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਵਿੱਚ ਅਠੇਕੇ ਤੇ ਕੰਮ ਕਰਨ ਵਾਲੇ ਸਫਾਈ ਕਰਮਚਾਰੀ ਪੱਕੇ ਕੀਤੇ ਜਾਣਗੇ ਤੇ ਨਾਲੇ 10 ਸਾਲ ਦੀ ਸ਼ਰਤ ਵੀ ਨਹੀਂ ਹੋਵੇਗੀ ਪੰਜਾਬ ਪੁਲਿਸ ਵਿੱਚ ਚਿਪਾਈ ਦੀ ਪਾਰਟੀ ਲਈ ਟ్రायल ਦੇਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਦੀ ਪਾਰਟੀ ਲਈ ਸਰੀਰਕ ਟ్రायल ਦੇਣ ਵਾਲੇ ਨੌਜਵਾਨਾਂ ਲਈ ਇੱਕ ਵੱਡੀ ਖਬਰ ਹੈ ਦੱਸ ਦਈਏ ਕਿ ਪੰਜਾਬ ਪੁਲਿਸ ਵਿੱਚ ਕੌਨਸਟੇਬਲ ਦੀ ਭਰਤੀ ਲਈ ਸਰੀਰਕ ਟ੍ਰਾਇਲ ਤੈਨ ਦਸੰਬਰ 2021 ਤੋਂ ਪੀਏਪ ਕੈਂਪਸ ਜਿਲੰਦਰ ਵਿਖੇ ਕਰਵਾਏ ਜਾ ਰਹੇ ਨੇ ਜੋ 17 ਦਸੰਬਰ 2021 ਨੂੰ ਮੁਕੰਮਲ ਯਾਨੀ ਸਮਾਪਤ ਹੋ ਜਾਣਗੇ ਇਸ ਵਿੱਚ ਕਰ ਵੱਡੀ ਅਤੇ ਰਾਹਤ ਭਰੀ ਖ਼ਬਰ ਇਹ ਹੈ ਕਿ ਜੋ ਸ਼ਾਰਟਲਿਸਟ ਨੌਜਵਾਨ ਆਪਣੀ ਨਿਰਧਾਰਤ ਤਾਰੀਖ ਤੇ ਕਿਸੇ ਕਾਰਨ ਟ੍ਰਾਇਲ ਨਹੀਂ ਦੇ ਸਕੇ ਸਨ ਉਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ ਅਜੇ ਹੀ ਟ੍ਰਾਇਲ ਦੇ ਆਖਰੀ ਦਿਨ ਯਾਨੀ 17 ਦਸੰਬਰ ਨੂੰ ਫਿਜ਼ੀਕਲ ਟ੍ਰਾਇਲ ਦੇ ਸਕਦੇ ਨੇ ਦੱਸਣ ਜੋਗੇ ਕਿ ਪੰਜਾਬ ਪੁਲਿਸ ਵਿੱਚ ਕੌਨਸਟੇਬਲ ਦੀਆਂ 4358 ਸੈਮੀਨ ਲਈ ਲਗਭਗ 25500 ਉਮੀਦਵਾਰਾਂ ਨੂੰ ਉਹਨਾਂ ਦੀ ਸਬੰਧਤ ਸ਼੍ਰੇਣੀ ਵਿੱਚ ਮੈਟ ਅਨੁਸਾਰ ਸ਼ਾਰਟਲਿਸਟ ਕੀਤਾ ਗਿਆ ਹੈ। ਪਿਛਲੇ 12 ਦਿਨਾਂ ਵਿੱਚ 16500 ਤੋਂ ਵੱਧ ਉਮੀਦਵਾਰ ਸਰੀਰਕ ਪ੍ਰੀਖਿਆ ਲਈ ਹਾਜ਼ਰ ਹੋਏ ਸਨ ਜੇਕਰ ਸ਼ਾਰਟਲਿਸਟ ਕੀਤਾ ਗਿਆ। ਉਮੀਦਵਾਰ ਆਪਣੇ ਟੈਸਟ ਤੋਂ ਖੁੰਝ ਗਏ ਤਾਂ ਉਸ ਦੇ ਦਾਖਲਾ ਕਾਰਡ ਅਨੁਸਾਰ ਨਿਰਧਾਰਤ ਮਿਤੀ ਤੇ ਹਾਜ਼ਰ ਹੋਣ ਵਿੱਚ ਅਸਮਰਥ ਹੈ ਤਾਂ ਉਹ ਸਰੀਰਕ ਟੈਸਟ ਲਈ ਨਿਰਧਾਰਤ ਆਖਰੀ ਦਿਨ 17 ਤੰਮ 2021 ਨੂੰ ਟੈਸਟ ਲਈ ਹਾਜ਼ਰ ਹੋ ਸਕਦਾ ਹੈ। ਰਾਕੇਸ਼ਟ ਕਰਨੇ ਛੇੜਿਆ ਐਸਵਾਈਐਲ ਦਾ ਰਾਗ ਜਨ ਹਰਿਆਣਾ ਦੇ ਕਿਸਾਨਾਂ ਨੂੰ ਕੀ ਕਿਹਾ ਹਰਿਆਣਾ ਦੇ ਜੀਨ ਚ ਖਟਕੜ ਟੋਲ ਤੇ ਚੱਲ ਰਹੇ ਧਰਨੇ ਦੀ ਸਮਾਪਤੀ ਤੇ ਪੁੱਜੇ ਭਾਰਤੀ ਕਿਸਾਨੀ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ਟ ਕਰਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਸਾਨੂੰ ਇੱਕ ਕਰ ਦਿੱਤਾ ਕਿਹਾ ਕਿ ਸੁਣਿਆ ਹੈ ਕਿ ਇੱਕ ਹਰਿਆਣਾ ਦੀਆਂ ਖਾਪ ਪੰਚਾਇਤਾਂ ਐਸਵਾਈਐਲ ਤੇ ਪਾਣੀ ਸੰਬੰਧੀ ਪੰਜਾਬ ਦੀ ਜਥੇਬੰਦੀ ਨਾਲ ਗੱਲ ਕਰਨਾ ਚਾਹੁੰਦੀਆਂ ਨੇ ਪਰ ਇਹ ਗਲਤੀ ਕਦੇ ਨਾ ਕਰਨਾ ਪੰਜਾਬ ਦੇ ਲੋਕ ਸੋਚਣਗੇ ਕਿ ਹਰਿਆਣਾ ਨੇ ਪਾਣੀ ਦੇ لالਚ 'ਚ ਉਹਨਾਂ ਦਾ ਸਹਿਯੋਗ ਕੀਤਾ ਹੈ ਐਸਵਾਈਐਲ ਦਾ ਪਾਣੀ ਲਿਆਉਣਾ ਸਰਕਾਰ ਦਾ ਕੰਮ ਹੈ ਇਸ ਨਾਲ ਸਾਡਾ ਭਾਈਚਾਰਾ ਖਰਾਬ ਹੋਏਗਾ ਤੇ ਅੰਦੋਲਨ ਵੀ ਕਮਜ਼ੋਰ ਪੈ ਸਕਦਾ ਹੈ ਉਹਨਾਂ ਦੇ ਪਿਤਾ ਮਹਿੰਦਰ ਸਿੰਘ ਟਕੈਤ ਕਹਿੰਦੇ ਹੁੰਦੇ ਸਨ ਕਿ ਜਦੋਂ ਅੰਦੋਲਨ 'ਚ ਪੰਜਾਬ ਦਾ ਕਿਸਾਨ ਖੜਾ ਹੋਵੇਗਾ ਤਾਂ ਹਰਿਆਣਾ ਦਾ ਕਿਸਾਨ ਉਸਦੇ ਨਾਲ ਜਾਵੇਗਾ ਉੱਤਰ ਪ੍ਰਦੇਸ਼ ਰਾਜਸਥਾਨ ਦਾ ਖੜਾ ਹੋ ਸਕਦੇ ਤਾਂ ਇਹ ਇਹ ਸੂਬੇ ਪੂਰੇ ਦੇਸ਼ ਦੇ ਕਿਸਾਨਾਂ ਦੀ ਤਕਦੀਰ ਬਦਲਣ ਦਾ ਕੰਮ ਕਰਨਗੇ ਅੱਤੇ ਕਹਿੰਦੇ ਕਿ ਅਸੀਂ ਤਾਂ ਅਜੇ ਅੰਦੋਲਨ ਦੀ ਟ੍ਰੇਨਿੰਗ ਲਈਏ ਹੁਣ ਅਸੀਂ ਨਸ਼ਾ ਮੁਕਤੀ ਦਾਜ ਪ੍ਰਥਾ ਖਿਲਾਫ ਸਮਾਜਿਕ ਅੰਦੋਲਨ ਵੀ ਸ਼ੁਰੂ ਕਰਾਂਗੇ ਸਿੱਧੂ ਮੂਸੇਵਾਲਾ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਬੱਬੂ ਮਾਨ ਦਾ ਵੱਡਾ ਧਮਾਕਾ ਜੂਂਦਾ ਪੰਜਾਬ ਪਾਰਟੀ ਦਾ ਕੀਤਾ ਐਲਾਨ ਜਿਵੇਂ ਨਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਦੋਂ ਉਦੋਂ ਪੰਜਾਬ ਦੀ ਸਿਆਸਤ ਵੀ ਤੇਜ਼ ਹੁੰਦੀ ਜਾ ਰਹੀ ਹੈ ਹੁਣ ਇੱਕ ਵੱਡਾ ਐਲਾਨ ਕਰਦੇ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਜੂਈ ਦਾ ਪੰਜਾਬ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਇਸ ਦੌਰਾਨ ਮੌਜੂਦਾ ਸ਼ਖਸੀਅਤਾਂ ਨੇ ਸਪਸ਼ਟ ਕੀਤਾ ਕਿ ਅਸੀਂ ਕੋਈ ਚੋਣ ਨਹੀਂ ਲੜਾਂਗੇ ਅਮਿਤੋਜ ਮਾਨ ਨੇ ਕਿਹਾ ਕਿ ਅਸੀਂ ਆਪਣਾ ਇੱਕ ਏਜੰਡਾ ਸਾਰੀਆਂ ਸਿਆਸੀ ਪਾਰਟੀਆਂ ਦੇ ਅੱਗੇ ਰੱਖਾਂਗੇ ਜੋ ਇਸ ਨਾਲ ਸਹਿਮਤ ਹੋਵੇਗਾ ਉਸ ਦਾ ਸਮਰਥਨ ਕੀਤਾ ਜਾਵੇਗਾ ਤੇ ਜੋ ਸਹਿਮਤ ਨਹੀਂ ਹੋਵੇਗਾ ਫਿਰ ਉਸ ਦਾ ਵਿਰੋਧ ਵੀ ਕੀਤਾ ਜਾਵੇਗਾ ਪਾਰਟੀਆਂ ਨੇ ਅਗਵਣੇ ਸਪਸ਼ਟ ਕੀਤਾ ਹੈ ਕਿ ਐਮਐਲਏ ਚੋਣ ਲੜਨ ਤੋਂ ਪਹਿਲਾਂ ਉਮੀਦਵਾਰ ਨੂੰ ਆਪਣੇ ਅਜੰਡੇ ਦਾ ਹਲਫਨਾਮਾ ਦੇਣਾ ਹੋਵੇਗਾ ਜੇਕਰ ਹਲਫਨਾਮਾ ਨਹੀਂ ਦਿੱਤਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ ਪੰਜਾਬ ਚ 8393 ਪ੍ਰੀ ਪ੍ਰਾਇਮਰੀ ਸਕੂਲ ਟੀਚਰਾਂ ਦੀ ਭਰਤੀ ਰਾਜ ਹਾਈ ਕੋਰਟ ਨੇ ਦਿੱਤਾ ਇਹ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਚ ਪ੍ਰੀ ਪ੍ਰਾਇਮਰੀ ਸਕੂਲ ਟੀਚਰਾਂ ਦੀਆਂ 8393 ਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ਦਿੱਤੀ ਰੋਕ ਲਗਾ ਦਿੱਤੀ ਹੈ ਪੰਜਾਬ ਸਰਕਾਰ ਨੇ ਇਸ ਸੰਬੰਧੀ 14 ਨਵੰਬਰ ਨੂੰ ਇਸ਼ਤਿਹਾਰ ਜਾਰੀ ਕੀਤਾ ਸੀ ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹਨਾਂ ਅਸਾਮੀਆਂ ਲਈ ਨਵੇਂ ਸਿਰੇ ਤੋਂ ਇਸ਼ਤਿਹਾਰ ਜਾਰੀ ਕਰਨ ਦੇ ਹੁਕਮ ਦਿੱਤੇ ਨੇ ਤਾਂ ਜੋ ਭਾਰਤੀ ਦੀ ਪ੍ਰਕਿਰਿਆ ਮੁਰ ਸ਼ੁਰੂ ਕੀਤੀ ਜਾ ਸਕੇ ਅਦਾਲਤ ਨੇ ਇਹਨਾਂ ਪ੍ਰੀ ਪ੍ਰਾਇਮਰੀ ਅਸਾਮੀਆਂ ਲਈ ਵਲੰਟੀਅਰਾਂ ਲਈ 50 ਫੀਸਦੀ ਕੋਟਾ ਵੀ ਨਿਰਧਾਰਤ ਕੀਤਾ ਹੈ ਪਹਿਲਾਂ ਇਹਨਾਂ ਅਸਾਮੀਆਂ ਦੀ ਭਾਰਤੀ ਦੇ 3 ਸਾਲ ਦਾ ਤਜਰਬਾ ਜ਼ਰੂਰੀ ਸੀ ਪਰ ਅਦਾਲਤ ਨੇ ਇਸ ਵਿੱਚ ਸੋਧ ਕਰ ਦਿੱਤੀ ਇਹ ਸ਼ਰਤ ਹੁਣ ਕੁੱਲ 873 ਐਸਾਨਮੀਆਂ ਵਿੱਚੋਂ ਸਿਰਫ ਅੱਧੀਆਂ ਤੇ ਹੀ ਲਾਗੂ ਹੋਵੇਗੀ ਬਾਕੀਆਂ 'ਚ ਅੱਧੀਆਂ ਐਸਾਨਮੀਆਂ ਨੂੰ ਹੋਸ਼ ਜਣੀਆਂ ਲਈ ਖੋਲਣ ਲਈ ਕਿਹਾ ਗਿਆ ਹੈ ਭਾਰਤੀ ਪ੍ਰਕਿਰਿਆ ਬਰਦ ਹਾਈ ਕੋਰਟ ਵਿੱਚ ਕੁੱਲ 15 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ ਪੰਜਾਬ ਦੇ ਟੋਲ ਪਲਾਜ਼ਾ ਤੇ ਧਰਨੇ ਜਾਰੀ ਰਹਿਣਗੇ ਉਗਰਾਹਾਂ ਪੰਜਾਬ ਦੇ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਵਿੱਚ ਲਗਾਏ ਗਏ ਸਾਰੇ ਧਰਨੇ ਪਹਿਲਾਂ ਹੀ ਤਰ੍ਹਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਣੀ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਅਸੀਂ ਪੰਜਾਬ ਦੇ ਟੋਲ ਪਲਾਜ਼ਾ ਤੇ ਚੱਲਦੇ ਸਾਰੇ ਧਰਨੇ 15 ਦਸੰਬਰ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ ਪਰ ਸਰਕਾਰ ਨੇ ਟੋਲ ਪਲਾਜ਼ਾ ਦੀਆਂ ਵਹੀਕਲ ਫੀਸਾਂ ਦੁੱਗਣੀਆਂ ਕਰ ਦਿੱਤੀਆਂ ਨੇ ਜਿਸ ਕਰਕੇ ਅਸੀਂ ਵਿਧਾਈਆਂ ਗਈਆਂ ਫੀਸਾਂ ਦੇ ਵਿਰੋਧ ਵਿੱਚ ਪੰਜਾਬ ਦੇ ਟੋਲ ਪਲਾਜ਼ਾ ਤੇ ਚੱਲਦੇ ਧਰਨੇ ਖਤਮ ਨਹੀਂ ਕਰਾਂਗੇ ਜੀਖਾਂ ਸਮੇਤ ਪੰਜ ਪੰਜਾਬੀ ਸਿੰਗਰ ਕੈਪਟਨ ਦੀ ਪਾਰਟੀ ਵਿੱਚ ਹੋਏ ਸ਼ਾਮਲ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਨਤ ਸਿੰਘ ਨੇ ਕੱਲ ਕਈ ਪੰਜਾਬੀ ਗਾਇਕਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਇਹਨਾਂ ਤੋਂ ਇਲਾਵਾ ਗਾਇਕ ਤੇ ਲੀਡਰ ਜੋ ਅੱਜ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ ਨੇ ਉਹਨਾਂ ਵਿੱਚ ਪੰਜਾਬੀ ਗਾਇਕ ਜੀ ਖਾਨ ਬੂਟਾ ਮੁਹੰਮਦ ਸਰਦਾਰ ਅਲੀ ਮਾਸ਼ਾ ਅਲੀ ਅਤੇ ਕਮਲ ਖਾਨ ਸਾਬਕਾ ਵਿਧਾਇਕ ਰਜਿੰਦਰ ਰਾਜਵਿੰਦਰ ਕੌਰ ਭਾਗੀ ਕੀ ਰਾਜਦੀਪ ਕੌਰ ਫਾਜ਼ਿਲ ਕਾ ਸੀਨੀਅਰ ਕਾਂਗਰਸੀ ਆਗੂ ਤੇ ਲੁਧਿਆਣਾ ਤੋਂ ਦੋ ਵਾਰ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ ਮਲੇਰਕੋਟਲਾ ਤੋਂ ਸਾਬਕਾ ਅਕਾਲੀ ਵਧਾਇਕ ਅਤੇ ਪੰਜਾਬ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਬੀਗਮ ਅਫਰਜਾਨਾ ਆਲਮਾ ਅਭਿਜੀ ਕਲੜਾ ਪ੍ਰਧਾਨ ਪੰਜਾਬ ਆਰਟੀਆ ਐਸੋਸੀਏਸ਼ਨ ਅਤੇ ਵਾਈਸ ਚੇਅਰਮੈਨ ਪੰਜਾਬ ਮੰਡੀ ਬੋਰਡ ਸਨ ਪੰਜਾਬ ਸਰਕਾਰ ਨੇ ਸਿਹਤ ਸਟਾਫ ਦੇ 775 ਅਸਾਮੀਆਂ ਸਿਰਜਣ ਨੂੰ ਦਿੱਤੀ ਪ੍ਰਵਾਨਗੀ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਹਨਾਂ ਦੇ ਘਰ ਤੱਕ ਮਹੱਈਆ ਕਰਵਾਉਣ ਦੇ ਉਦੇਸ਼ ਲਈ ਮੁੱਖ ਮੰਤਰੀ ਚੰਦੀ ਸਿੰਘ ਚੰਨੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਕੱਲ 28 ਸਿਹਤ ਸੰਸਥਾਵਾਂ ਸਿਹਤ ਕੇਂਦਰ ਨ ਕਮਿਊਨਿਟੀ ਹੈਲਥ ਸੈਂਟਰ ਅਤੇ ਸਬ ਡਿਵੀਜ਼ਨਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਮੈਡੀਕਲ ਅਫਸਰ ਮੈਡੀਕਲ ਅਫਸਰ ਸਟਾਫ ਨਰਸ ਅਤੇ ਫਾਰਮਿਸਟ ਲੈਬਾਰਟਰੀ ਟੈਕਨੀਸ਼ੀਅਨ ਸਮੇਤ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਜੋ ਸਰਗਰਮ ਵਿਚਾਰ ਅਧੀਨ ਹੈ ਦੇ ਮੰਤਰੀ ਮੰਡਲ ਨੇ ਕਮਿਊਨਿਟੀ ਹੈਲਥ ਸੈਂਟਰ ਮੋਰੇਂਡਾ ਵਿਖੇ ਨਵਾਂ ਟ੍ਰੋਮਾ ਸੈਂਟਰ ਖੋਲਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਸੀਐਮ ਚੰਨੀ ਦਾ ਐਲਾਨ ਠੇਕੇ ਤੇ ਕੰਮ ਕਰਦੇ ਸਾਰੇ ਸਫਾਈ ਮੁਲਾਜ਼ਮ ਪੱਕੇ ਕਰਨ ਦੀ ਹਰੀ ਝੰਡੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸਫਾਈ ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਕਿ ਸੀਐਮ ਚੰਨੀ ਨੇ ਠੇਕੇ ਤੇ ਕੰਮ ਕਰਦੇ ਸਾਰੇ ਸਫਾਈ ਸੇਵਕਾਂ ਨੂੰ ਪੱਕੇ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਸਰਕਾਰ ਵੱਲੋਂ ਠੇਕੇ ਤੇ ਰੱਖੇ ਸਫਾਈ ਸੇਵਕ ਸੀਵਰ ਮੈਣਾ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਨੇ ਤਾਂ ਦੋਸਤੋ ਇਸੇ ਗਿਆਂ ਆਪਣੀਆਂ ਅੱਜ ਦੀਆਂ ਦਿਨ ਭਰ ਦੀਆਂ ਤਾਜ਼ਾ ਵੱਡੀਆਂ ਖਬਰਾਂ ਸਾਰੇ ਦੋੜਾ ਦਿੱਤੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਅਗਲੇ ਦਿਨ ਦੀਆਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਖੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ